ਸ਼੍ਰੀਕਾਲ ਭੈਣੇ ਹੈਲੋ ਕੀ ਹਾਲ ਹੈ ਅਰਜੁਨ ਚਾਚੂ ਮਾਸਕ ਲੱਗਿਆ ਚੱਲ ਅਰਜੁਨ ਲੈ ਹੱਗ ਤਾਂ ਕਰਦੇ ਇੱਕ ਹੱਗ ਤਾਂ ਕਰਦੇ ਇੱਕ ਸਤਿ ਸ਼੍ਰੀ ਅਕਾਲ ਵੀਰ ਜੀ ਹੋ ਠੀਕ ਹੋ ਹੈਲੋ ਯਾਰ ਸਤਿ ਸ਼੍ਰੀ ਅਕਾਲ ਵੈਲਕਮ ਹੋਮ ਕੌਣ ਹੈ ਅਰਜੁਨ ਦਾਦੂ ਗੰਨ ਕੋਲ ਚੱਲਿਆ ਆਪਣੀ ਕੋਲ ਪਹਿਲਾਂ ਹੀ ਉਹ ਦਿਨਿਆ ਤੈਨੂੰ ਗੰਨਾ ਖੜ ਜਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਵੀਡੀਓ ਦਾ ਟਾਈਟਲ ਦੇਖ ਕੇ ਪਤਾ ਲੱਗ ਗਿਆ ਹੋਣਾ ਵੀਡੀਓ ਹੈ ਕਾਹਦੇ ਬਾਰੇ ਆ ਤੁਸੀਂ ਸਾਡੀਆਂ ਵੀਡੀਓ ਦੇ ਵਿੱਚ ਇੱਕ ਨਾਮ ਸੁਣਿਆ ਹੋਣਾ ਹਰਮਨ ਯੈਸ ਹੀ ਇਜ਼ ਮਾਈ ਰੀਅਲ ਬ੍ਰਦਰ ਐਂਡ ਹੀ ਇਜ਼ ਕਮਿੰਗ ਟੂ ਇੰਡੀਆ ਫਰੋਮ ਅਮਰੀਕਾ ਅਮਰੀਕਾ ਅਸੀਂ ਕੱਲ੍ਹ ਰਾਤ ਦੇ ਇਹੀ ਗੱਲਾਂ ਸੋਚੀ ਜਾਂਦੇ ਹਾਂ ਉਹਨਾਂ ਨੇ ਟੈਚੀ ਪੈਕ ਕਰ ਲਏ ਹੋਣੇ ਆ ਉਹਨਾਂ ਨੇ ਬੈਗ ਚੱਕ ਲਏ ਹੋਣੇ ਆ ਉਹ ਘਰੋਂ ਬਾਹਰ ਨਿਕਲ ਗਏ ਹੋਣੇ ਆ ਉਹ ਏਅਰਪੋਰਟ ਵੱਲ ਨੂੰ ਜਾ ਰਹੇ ਹੋਣੇ ਆ ਉਹ ਏਅਰਪੋਰਟ ਤੇ ਪਹੁੰਚ ਗਏ ਹੋਣੇ ਆ ਉਹ ਜਹਾਜ਼ 'ਚ ਐਂਟਰ ਕਰ ਗਏ ਹੋਣੇ ਆ ਉਹ ਜਹਾਜ਼ 'ਚ ਬਹਿ ਗਏ ਹੋਣੇ ਆ ਅਤੇ ਹੁਣ ਉਹ ਐਟ ਏ ਟਾਈਮ ਉਹ ਜਹਾਜ਼ ਦੇ ਵਿੱਚ ਹੀ ਨੇ ਅਤੇ ਹੁਣ ਇੱਥੇ ਟਾਈਮ ਹੋ ਗਿਆ ਇੰਡੀਆ 'ਚ ਸਵੇਰ ਦੇ 6 ਹੁਣ ਅਸੀਂ ਵੀ ਨਿਕਲਣਾ ਵਾ ਦਿੱਲੀ ਵੱਲ ਨੂੰ ਕਿਉਂਕਿ 2:30-3 ਵਜੇ ਉਹਨਾਂ ਨੇ ਪਹੁੰਚਣਾ ਵਾ ਅਰਜਨ ਪਿਛਲੇ ਕਈ ਦਿਨਾਂ ਤੋਂ ਇੱਕੋ ਹੀ ਗੱਲ ਕਹਿੰਦਾ ਵਾ ਚਾਚਾ ਆਈ ਐਮ ਕਮਿੰਗ ਟੂ ਇੰਡੀਆ ਆਈ ਐਮ ਕਮਿੰਗ ਟੂ ਇੰਡੀਆ ਅੱਛਾ ਠੀਕ ਆ ਤੇ ਜਿਹੜਾ ਆਪਣਾ ਨਾ ਆਹ ਗਰਾਊਂਡ ਆ ਜਦੋਂ ਮੈਂ ਤੇ ਹਰਮਨ ਛੋਟੇ ਹੁੰਦੇ ਸੀ ਸਾਡੇ ਲਈ ਆ ਗਰਾਊਂਡ ਹੁੰਦਾ ਸੀਗਾ ਤੁਹਾਨੂੰ ਇੱਥੇ ਅਸੀਂ ਨਾ ਕ੍ਰਿਕਟ ਮੈਚ ਵੀ ਦੁਬਾਰਾ ਖੇਡ ਕੇ ਦਿਖਾਵਾਂ ਵੀ ਕਿਵੇਂ ਅਸੀਂ ਇੰਨੀ ਕੁ ਜਗ੍ਹਾ ਦੇ ਵਿੱਚ ਇੰਨਾ ਕ੍ਰਿਕਟ ਮੈਚ ਖੇਡਦੇ ਸੀ ਦੁਬਾਰਾ ਕ੍ਰਿਕਟ ਗਰਾਊਂਡ ਬਣਨ ਵਾਲਾ ਵਾ ਫਿਰ ਜਿਹੜੇ ਇੰਨੇ ਸਾਲ ਦਾ ਹਟਿਆ ਸੀ ਹੁਣ ਬਣੂਗਾ ਦੁਬਾਰਾ ਪਰ ਵਿੱਚ ਇੱਕ ਬੰਦਾ ਸਾਨੂੰ ਤੰਗ ਬਹੁਤ ਕਰੂਗਾ ਅਰਜਨ ਸਿੰਘ ਹਰਮਨ ਪਿਛਲੇ 10 ਸਾਲਾਂ 'ਚ ਇੱਕ ਵਾਰੀ ਇੰਡੀਆ ਆਇਆ ਵਾ ਮੇਰੇ ਵਿਆਹ ਵੇਲੇ ਉਹ ਵੀ ਥੋੜੇ ਦਿਨਾਂ ਲਈ ਤੇ ਉਦੋਂ ਅਸੀਂ ਨੇ ਜਦੋਂ ਖੇਡਣਾ ਸ਼ੁਰੂ ਕਰਨਾ ਉਹਨੇ ਅਰਜਨ ਨੇ ਵਿੱਚ ਆ ਕੇ ਖੜ ਜਾਣਾ ਨੋ ਡੈਡਾ ਨੋ ਪਲੇ ਵਿਦ ਮੀ ਅਸੀਂ ਸੋਚਿਆ ਅਸੀਂ ਹਲਕਾ ਜਿਹਾ ਕੁਛ ਖਾ ਪੀ ਕੇ ਜਾਂਦੇ ਹਾਂ ਕਿਉਂਕਿ ਅਸੀਂ ਜਾਣਾ ਵਾ ਟੈਂਪੂ ਟਰੈਵਲ 'ਚ ਐਂਡ ਟੈਂਪੂ ਟਰੈਵਲ ਤੁਹਾਨੂੰ ਪਤਾ ਹੀ ਆ ਕਿ ਟਾਈਮ ਬਹੁਤ ਲੱਗਣਾ ਵਾ ਟੈਂਪੂ ਇਸ ਵਾਰ ਮੈਂ ਟੈਂਪੂ ਟਰੈਵਲ 'ਚ ਵੀ ਪਹਿਲੀ ਵਾਰੀ ਬੈਠਾ ਟੈਂਪੂ ਟਰੈਵਲ 'ਚ ਜਾਣਾ ਕਿਉਂ ਕਿਉਂਕਿ ਟੈਚੀ ਹੈਗੇ ਨੇ ਜੀ 12 ਅਤੇ ਇੱਕ ਗੱਲ ਹੋਰ ਜਦੋਂ ਨਾ ਆਪਣਾ ਹਰਮਨ ਅਮਰੀਕਾ ਗਿਆ ਸੀ ਨਾ ਉਹਦੇ ਲਈ ਉਹ ਜਾਣਾ ਬਹੁਤ ਔਖਾ ਸੀਗਾ ਕਿਉਂਕਿ ਉਹ ਦੋ ਸਾਲ ਪਹਿਲਾਂ ਚੰਡੀਗੜ੍ਹ ਗਿਆ ਸੀਗਾ ਅਤੇ ਚੰਡੀਗੜ੍ਹ ਉਹ ਹਫ਼ਤੇ 'ਚ ਮੁੜਿਆ ਮਤਲਬ ਪੜ੍ਹਨ ਗਿਆ ਸੀਗਾ ਨਾਲੇ ਪੂਰਾ ਵਧੀਆ ਸਟੂਡੈਂਟ ਸੀਗਾ ਉਹਦੇ ਮਨ 'ਚ ਇਹ ਸੀਗਾ ਕਹਿੰਦਾ ਯਾਰ ਜੇ ਮੈਂ ਇੱਥੇ ਚੰਡੀਗੜ੍ਹ ਰਹਿ ਕੇ ਇੰਨੇ ਪੈਸੇ ਖਰਾਬ ਕਰਕੇ ਪੜ੍ਹਿਆ ਅਤੇ ਮੈਂ ਕੁਛ ਨਾਮ ਬਣਿਆ ਫਿਰ ਕਹਿੰਦਾ ਬਹੁਤ ਔਖਾ ਹੋ ਜੂ ਅਤੇ ਉਦੋਂ ਬਾਅਦ ਮੈਂ ਚੰਡੀਗੜ੍ਹ ਗਿਆ ਸੀ ਦੇਖੋ ਤੁਹਾਡੇ ਸਾਹਮਣੇ ਤੁਸੀਂ ਤਾਂ ਇਹ ਗੱਲ ਸੋਚੀ ਨਹੀਂ ਹੋਣੀ ਹੈ ਕਿ ਪਹਿਲੇ ਕਿਹੜਾ ਲੱਗੀ ਜਿਹੜੇ ਸੰਸੀਅਰ ਬੱਚੇ ਹੁੰਦੇ ਉਹ ਹੀ ਸੋਚਦੇ ਹੁੰਦੇ ਆ ਅਤੇ ਉਹ 10 ਸਾਲਾਂ 'ਚ ਵਿਚਾਰੇ ਨੇ ਗੇੜੇ ਘੱਟ ਲਾਏ ਨੇ ਇੰਡੀਆ 21 ਲਾਇਆ ਵਾ ਕਹਿੰਦਾ ਸੀਗਾ ਪਹਿਲਾਂ ਪੈਸੇ ਜੋੜ ਲਾਂ ਫਿਰ ਲਾਊਂਗਾ ਅਤੇ ਹੁਣ ਐਕਦੀ ਪਹਿਲੀ ਵਾਰੀ ਆ ਕਿ ਉਹ ਥੋੜੇ ਵੱਧ ਟਾਈਮ ਲਈ ਇੰਡੀਆ ਆ ਰਿਹਾ ਨਹੀਂ ਸਾਡੇ ਵਿਆਹ ਮੌਕੇ ਬਸ 10-15 ਕੁ ਦਿਨਾਂ ਲਈ ਮਸ ਆਏ ਸੀ 15 ਵੀ ਨਹੀਂ ਸੀ 12 ਹੀ ਸੀਗੇ ਮੈਂ ਕਹਿੰਦੇ ਵਿਆਹ ਹੋਏ ਨੂੰ ਹਲੇ 2-4 ਦਿਨ ਹੀ ਹੋਏ ਜਦ ਉਹਨਾਂ ਨੇ ਤੇ ਟੈਚੀ ਬਣ ਲਈ ਵਾਪਸ ਜਾਣ ਲਈ ਚਲੋ ਠੀਕ ਹੈ ਅੱਜ ਤਾਂ ਮੰਮੀ ਵੀ ਪੂਰੇ ਐਕਸਾਈਟਡ ਡੈਡੀ ਵੀ ਪੂਰੇ ਐਕਸਾਈਟਡ ਹਾਂਜੀ ਡੈਡੀ ਕਿੰਨਾ ਕੁ ਚਾਹ ਵਾ ਤੁਹਾਡੇ ਮੁੰਡੇ ਨੇ ਆਉਣਾ ਮੈਂ ਕਹਿੰਦਾ ਮੈਂ ਹੀ ਚਲਾ ਜਾਂਦਾ ਦਿੱਲੀ ਤੇ ਅੱਜ ਇੱਕ ਹੋਰ ਗੱਲ ਅੱਜ ਮਸ਼ੀਨ ਵੀ ਆਪਣੇ ਅੱਜ ਹੀ ਆਉਣੇ ਆ ਕਿਉਂ ਕੱਲ ਇੱਕ ਗੇੜਾ ਆਪਣੇ ਸਾਈਡ ਤੇ ਮਸ਼ੀਨ ਨੇ ਲਾਤਾ 3 ਕਿ ਕਿਲੇ ਆਪਾਂ ਅੱਜ ਵੱਢਾਂਗੇ ਇਹ ਮਸ਼ੀਨ ਨਾ ਆਉਣ ਲੱਗੀ ਮਤਲਬ ਨਾ ਆਉਣੀ ਹੁੰਦੀ ਡੈਡੀ ਨੇ ਤਾਂ ਦਾ ਪਲਾਨ ਬਣਾ ਲੈਣਾ ਸੀ ਹਾਂ ਫਿਰ ਤਾਂ ਆਪਾਂ ਟੈਂਪੂ ਟਰੈਵਲ ਤਾਂ ਜਾਣਾ ਸੀਗਾ ਡੈਡੀ ਨੇ ਨਾਲੀ ਬੈਠ ਜਾਣੇ ਚੱਲਦਾ ਹੀ ਨਹੀਂ ਮਾਤਾ ਤੁਸੀਂ ਤਾਂ ਨਹੀਂ ਜਾਣਾ ਤੁਸੀਂ ਤਾਂ ਨਹੀਂ ਜਾਣਾ ਇਹ ਮੰਮੀ ਨੇ ਤਾਂ ਕੱਲ ਵੀਰ ਜੀ ਸਾਗ ਬਣਾ ਕੇ ਰੱਖਿਆ ਮੈਂ ਤਾਂ ਉਹਦੇ ਨੂੰ ਤਿਆਰੀ ਕਰਕੇ ਰੱਖਿਆ ਮੰਮੀ ਨੇ ਪੰਜੀਰੀ ਬਣਾਉਣੀ ਆ ਵੀਰ ਜੀ ਕਹਿੰਦੇ ਮੈਂ ਪੰਜੀਰੀ ਖਾਣੀ ਆ ਕੇ ਬਣਾਉਣ ਕਰਕੇ ਸਾਗ ਬਣਾਇਆ ਮੈਂ ਵਧੀਆ ਫਿਰ ਚਲੋ ਨਾ ਆਪਾਂ ਤਾਂ ਫਿਰ ਖਾ ਹੀ ਲੈਂਦੇ ਆ ਵੈਸੇ ਉਹ ਵੀ ਉੱਥੇ ਬਣਾ ਕੇ ਖਾ ਲੈਂਦੇ ਆ ਅੱਜ ਪੰਜੀਰੀ ਬਣਾ ਲਿਓ ਵੀਰ ਜੀ ਰੋਜ਼ ਕਹਿ ਦਿੰਦੇ ਮੰਮੀ ਪੰਜੀਰੀ ਬਣਾ ਲਈ ਚਲੋ ਠੀਕ ਆ ਹੁਣ ਆਪਾਂ ਵੇਟ ਕਰਦੇ ਆ ਗੱਡੀ ਦੀ ਤਾਂ ਗੱਡੀ ਆ ਗਈ ਫਿਰ ਆਪਾਂ ਚੱਲਦੇ ਆ ਉਹ ਤੁਸੀਂ ਖਾਣ ਨੂੰ ਬਣਾਉਣ ਲੱਗੇ ਸੀ ਲਿਓ ਮੈਂ ਗੱਲਾਂ ਮਾਰਨ ਲੱਗ ਗਿਆ ਦੁੱਧ ਛੋਟੇ ਵੱਡੇ ਮੁੰਡੇ ਨੂੰ ਲੈ ਕੇ ਆਉਣੇ ਆ ਚੰਗਾ ਬਾਏ ਬਾਏ ਅੱਜ ਦੀ ਆਪਣੀ ਸਵਾਰੀ ਹੈਗੀ ਆ ਇਹ ਬਸ ਚਲੋ
चलो ठीक है बाय बाय हले बारे घरी पहुंचे दस किलोमीटर सफर च मैं तीन बारी सीट बदल ली पहला इथे बैठा सीगा फिर पवन को फिर बैठा हले तक समझ नहीं आ रही कि जगह बद कंफर्टेबल बाकी अज ना अपना जो रूट डिफरेंट अगे उधर जाने अंबाले वाल दी अंबाले गाह अपना पानीपत हो गया उधर दी अज जिहड़ा अपना टेंपो ट्रैवल आ इन्हां ने जाना संगरूर वाल दी संगरूर तो सीधा रुत कालू जी चल दी किधर दी बाई कहिंदा सी पातणा वाल दी ते देखदे आ ये रूट किदां दा होगा ते बाकी हुण लैट्स गो ਬਾਈ ਨੇ ਉੱਥੋਂ ਦਾ ਥੋੜਾ ਤੇਲ ਪਵਾਇਆ ਸੀ ਹਰਿਆਣੇ ਤੋਂ ਆ ਕੇ ਪੂਰਾ ਤੇਲ ਪਵਾਉਣ ਲੱਗਿਆ ਹੁਣ ਕਿਉਂਕਿ ਇੱਥੇ ਸਸਤਾ ਕਿੰਨਾ ਅੱਜ ਨਾ ਜਦੋਂ ਅਸੀਂ ਘਰੋਂ ਤੁਰੇ ਸੀਗੇ ਪਿੱਤਰ ਮੈਨੂੰ ਕਹਿੰਦੇ ਤੂੰ ਥੱਕ ਜਾਣਾ ਤੂੰ ਸਾਰੇ ਨਾਲ ਪਈ ਨਹੀਂ ਆਉਣਾ ਸੁੱਤਾ ਕੌਣ ਸੀ ਪਿੱਤਰ ਦਰਸਲ ਗੱਲ ਪਤਾ ਕੀ ਹੋਈ ਆ ਯਾਰ ਮੈਨੂੰ ਨਾ ਰਾਤ ਤੱਕ ਐਕਸਾਈਟਮੈਂਟ ਚ ਸਾਰੀ ਰਾਤ ਮੈਂ ਸੁੱਤਾ ਹੀ ਨਹੀਂ ਹੈਗਾ ਮੈਨੂੰ ਆਏ ਸੀ ਸਵੇਰੇ ਜਲਦੀ ਉੱਠ ਕੇ ਜਾਣਾ ਜਲਦੀ ਉੱਠ ਕੇ ਜਾਣਾ ਨਹੀਂ ਬਹਾਨੇ ਲਾ ਲਓ ਫਿਰ ਤੇ ਪਹਿਲਾਂ ਮੈਂ ਵੀਡੀਓ ਵੀ ਐਡਿਟ ਕਰਦਾ ਰਹਿ ਗਿਆ ਤੇ ਹੁਣ ਅਸੀਂ ਨਾ ਰੋਤਕ ਟੱਪ ਗਏ ਤੇ ਕਈ ਜਣੇ ਕਹਿੰਦੇ ਹੁੰਦੇ ਨਾ ਟੈਂਪੂ ਟਰੈਵਲ ਚ ਆਪਾਂ ਨੂੰ ਟਾਈਮ ਬੜਾ ਲਾ ਜਾਂਦਾ ਅਸੀਂ ਮੈਨੂੰ ਲੱਗਦਾ ਸਾਨੂੰ ਘੱਟ ਲੱਗੇ ਆਪਾਂ 7 ਵਜੇ ਘਰੋਂ ਤੁਰੇ ਸੀਗੇ 11 ਵਜੇ ਆ ਇੱਥੋਂ ਹੁਣ ਜਿਹੜਾ ਦਿੱਲੀ ਰਹਿ ਗਿਆ ਨਾ ਉਹ 70 ਕਿਲੋਮੀਟਰ ਰਹਿ ਗਿਆ ਮਤਲਬ ਅਸੀਂ ਉਹੀ ਮਤਲਬ 6-7 ਘੰਟੇ ਉੱਥੇ ਪਹੁੰਚ ਜਾਣਾ ਆਪਣੇ ਕੀ ਕਹਿੰਦੇ ਹੁੰਦੇ ਆ ਦਿੱਲੀ 에어ਪੋਰਟ ਤੇ ਚੱਕਰ ਪਤਾ ਕੀ ਆ ਜਿਹੜਾ ਆਪਣਾ ਦੂਜਾ ਰਾਹ ਹੁੰਦਾ ਵਾ ਉਹ ਆਪਾਂ ਜਦੋਂ ਉੱਧਰ ਦੀ ਜਾਂਦੇ ਆ ਬਾਲਾ ਆਪਣਾ ਹੋ ਗਿਆ ਜਿਹੜਾ ਮੇਨ ਦਿੱਲੀ ਵਾਲਾ ਹਾਈਵੇ ਉੱਧਰ ਦੀ ਉਹ ਕਿਹੜੇ ਸ਼ਹਿਰ ਹੁੰਦੇ ਨੇ ਵਿੱਚ ਪਾਣੀਪਤ ਸੋਨੀਪਤ ਵਾਲੇ ਉੱਧਰ ਜੀ ਨਾ ਆਪਾਂ ਨੂੰ ਸਪੀਡ ਮੇਨਟੇਨ ਕਰਨੀ ਪੈਂਦੀ ਹੈ ਟੈਂਪੂ ਟਰੈਵਲ ਦੀ ਇੱਧਰ ਦੀ ਕਿਤੇ ਕਿਤੇ ਹੀ ਹੁੰਦਾ ਬਾਕੀ ਥਾਵਾਂ ਤੇ ਚੱਲ ਜਾਂਦਾ 80-85 ਸਪੀਡ ਚੱਲ ਜਾਂਦੀ ਹੈ ਚਲੋ ਹੁਣ ਆਪਾਂ ਕੁਝ ਖਾ ਲਈਏ ਤੇ ਫਿਰ ਦੇਖਦੇ ਵੈਸੇ ਇੱਧਰ ਦੀ ਇੱਕ ਗੱਲ ਆ ਢਾਬੇ ਬਹੁਤ ਘੱਟ ਆਉਂਦੇ ਆ ਉੱਧਰ ਦੀ ਤਾਂ ਪੈਰ ਪੈਰ ਤੇ ਢਾਬਾ ਆਉਂਦਾ ਕਿਉਂ ਬਈ ਹੁਣ ਅਸੀਂ ਇੱਕ ਵਾਰੀ ਖੜਾਂਗੇ ਬਸ ਇਦੋਂ ਬਾਅਦ ਸਿੱਧਾ ਦਿੱਲੀ 에어ਪੋਰਟ ਤੇ ਕਿਉਂਕਿ ਹੁਣ 70 ਕਿਲੋਮੀਟਰ ਤਾਂ ਰਹਿਗਾ ਬਾਰ ਬਾਰ ਤਾਂ ਕਾਹਨੂੰ ਖੜਨਾ ਮੈਂ ਸਭ ਤੋਂ ਵੱਧ ਬੇਟੇ ਢਾਬੇ ਦੀ ਮੈਨੂੰ ਸੀ ਅਸੀਂ ਸਵੇਰੇ ਫਿਰ ਤੁਹਾਨੂੰ ਪਤਾ ਉਵੇਂ ਹੀ ਆ ਗਏ ਨਾ ਬਸ ਇਕੱਲੇ ਉਹ ਕੌਰਨ ਫਲੇਕਸ ਵੀ ਖਾਧੇ ਸੀਗੇ ਉਹ ਵੀ ਥੋੜੇ ਥੋੜੇ ਖਾ ਲੈਣੇ ਸਵੇਰੇ ਸਵੇਰੇ ਖਾਣੀ ਨਾ ਹਾਂ ਉਹ ਦੁੱਧ ਬੜਾ ਠੰਡਾ ਸੀਗਾ ਆਲੂ ਵਾਲੇ ਪਰੌਂਠੇ ਖਾਣ ਲੱਗੇ ਆ ਕਿਉਂ ਜੀ ਹਾਂਜੀ ਇੱਕ ਹੀ ਆ ਦੋ समान खरीदया वा क्योंकि सानूं इक ही टेंशन आ वी उह साडे कोल आऊ कि नहीं आऊ ਹੁਣ ਆਪਾਂ ਚੱਲੇ ਆ ਹੁਣ ਆਪਾਂ ਸਿੱਧਾ ਜਾ ਕੇ 에어ਪੋਰਟ ਤੇ ਹੀ ਰੁਕਣਾ ਵਾ ਤੇ ਬਾਕੀ ਇਧਰ ਲੱਲੇ ਪੱਪੇ ਹੋ ਰਹੇ ਆ ਇਧਰ ਮਾਸਟਰ ਵੀਰ ਜੀ ਮਾਸਟਰ ਵੀਰ ਔਨ ਵੀਡੀਓ ਕਾਲ ਸਤਿ ਸ਼੍ਰੀ ਅਕਾਲ ਭਾਬੀ ਕਹਿੰਦਾ ਸਤਿ ਸ਼੍ਰੀ ਅਕਾਲ ਵੀਰੇ ਮੇਰਾ ਸ਼ਾਟ ਜਿਹਾ ਲੈ ਲਓ ਬੇ ਹਾਂਜੀ ਲੈ ਲਿਆ मिट्टी ना मिट्टी हो तो डालर झड़न गए डालर ਐਕਸਾਈਟਮੈਂਟ ਚ ਇੱਕ ਚੀਜ਼ ਹੋਰ ਰਹਿ ਗਈ ਯਾਰ ਦਾੜੀ ਵਾਲ ਤਾਂ ਕਟਾਈ ਨਹੀਂ ਹੈਗੇ ਯਾਰ ਐ ਮੈਂ
ਟੈਂਪੂ ਟਰੈਵਲ 'ਚ ਪਹਿਲੇ 4 ਘੰਟੇ ਤਾਂ ਬੜੇ ਵਧੀਆ ਨਿਕਲੇ ਸੀਗੇ ਕਿਉਂਕਿ ਉਹ ਥੋੜ੍ਹਾ ਮੌਸਮ ਠੰਡਾ ਸੀਗਾ, ਬਟ 11 ਵਜੇ ਤੋਂ ਬਾਅਦ ਹੁਣ ਅਸੀਂ ਦਿੱਲੀ ਪਹੁੰਚ ਗਏ ਏਅਰਪੋਰਟ 'ਤੇ ਅਤੇ ਬੜੇ ਪਿਛਲੇ 2 ਘੰਟੇ ਸੀਗੇ ਉਹਦੇ ਵਿੱਚ ਨਾ ਇੱਕ ਤਾਂ ਗਰਮੀ ਲੱਗੇ, ਇੱਕ ਨਾ ਵਿੱਚ ਥੋੜ੍ਹੀ ਮਿੱਟੀ ਆਉਂਦੀ ਸੀ ਰਸਤੇ ਵਾਂਗੂ ਉਹ ਚੜ੍ਹਦੀ ਸੀਗੀ। ਹੁਣ ਅਸੀਂ ਇੱਥੇ ਉਤਰੇ ਹਾਂ, ਹੁਣ ਇੱਥੋਂ ਅਸੀਂ ਬੱਸ ਜਾਣਾ ਕਿਉਂਕਿ ਤੁਹਾਨੂੰ ਪਤਾ ਹੀ ਆ ਜਿਹੜਾ ਟੈਂਪੂ ਟਰੈਵਲ ਆ ਉਹ ਪਾਰਕਿੰਗ 'ਤੇ ਨਹੀਂ ਜਾਂਦਾ, ਜਦੋਂ ਹਰਮਨ ਨੂੰ ਨਹੀਂ ਆ ਗਏ ਉਦੋਂ ਆਪਾਂ ਫਿਰ ਟੈਂਪੂ ਟਰੈਵਲ ਨੂੰ ਉੱਥੇ ਬੁਲਾ ਲਾਂਗੇ। ਹੁਣ ਆਪਾਂ ਇੱਥੋਂ ਬੱਸ ਚਲੇ ਜਾਣਾ, ਨਹੀਂ ਉੱਥੇ 20 ਮਿੰਟ ਦੇ ਨਾ 1000 ਰੁਪਇਆ ਪੈਂਦਾ ਵਾ। ਸੋ ਆਪਾਂ ਇੱਥੋਂ ਬੱਸ ਜਾਵਾਂਗੇ ਅਤੇ ਉਦੋਂ ਬਾਅਦ ਜਦੋਂ ਹਰਮਨ ਹੋਣੀ ਬਾਹਰ ਆ ਗਏ ਫਿਰ ਆਪਾਂ ਟੈਂਪੂ ਟਰੈਵਲ ਨੂੰ ਉੱਥੇ ਬੁਲਾ ਲਾਂਗੇ, ਫਿਰ ਆਪਾਂ ਇੱਕ ਵਾਰੀ 1000 ਰੁਪਏ ਕਰ ਦਾਂਗੇ। 2000 ਦੇਣਾ ਪੈਣਾ। 2000 ਕਿਉਂ? ਕਿਹਦਾ ਘੰਟਾ ਨਾ ਹੁਣ 20 ਮਿੰਟ ਦਾ ਹੋਵਾ। 20 ਮਿੰਟ ਦਾ 1000। ਇਹ ਬੱਸ ਦੇ ਕੋਈ ਚਾਰਜਸ ਨਹੀਂ ਹੁੰਦੇ, ਫ੍ਰੀ ਆਫ ਕੋਸਟ ਹੁੰਦੀ ਆ। ਵੈਸੇ ਭੀੜ ਬਹੁਤ ਸੀ ਵਿੱਚ। ਫ੍ਰੀ ਆਫ ਕੋਸਟ ਹੀ ਹੋਣੀ ਆ, ਪਿੱਛੇ ਤਾਂ ਬੰਦੇ ਦੀ ਟੈਂਪੂ ਟਰੈਵਲ ਰੁਕਾ ਦਿੰਦੇ ਨੇ, ਇਹਨਾਂ ਨੂੰ ਪੈਸੇ ਕੋਲ ਦਊਗਾ। ਓਕੇ, ਹੁਣ ਆਪਣਾ ਇਹ ਅਰਾਈਵਲ ਹੀ ਆ, ਇੰਟਰਨੈਸ਼ਨਲ ਅਰਾਈਵਲਸ। ਓਕੇ, ਇਧਰ ਹੀ ਆ ਫਿਰ। ਥੋੜਾ ਕਿ ਟਾਈਮ ਹੀ ਰਹਿ ਗਿਆ ਅੱਜ ਦੇ ਆਉਣ ਦਾ। ਉੱਥੇ ਪੜਦੇ ਆ ਆਪਾਂ, ਕਿੱਥੇ ਕਿੰਨਾ ਕੁ ਟਾਈਮ ਰਹਿ ਗਿਆ। ਅਸੀਂ ਉਹ ਜਗ੍ਹਾ ਚੈੱਕ ਕਰਨ ਆਏ ਸੀ ਜਿੱਥੇ ਟੈਂਪੂ ਟਰੈਵਲ ਨੇ ਆ ਕੇ ਪਾਰਕ ਹੋਣਾ ਵਾ 20 ਮਿੰਟ ਲਈ। ਸੋ ਹਲੇ ਹਰਮਨ ਦੀ ਫਲਾਈਟ ਆਉਣ ਨੂੰ 1.5 ਘੰਟਾ ਆ। ਸੋ ਆਪਾਂ ਜਦ ਤੱਕ ਆ ਏਰੀਆ ਇਹਦੇ ਨਾਲ ਐਕਸਪਲੋਰ ਕਰਦੇ ਹਾਂ, ਅੱਗੇ ਨਹੀਂ ਆਪਾਂ ਪਾਰਕਿੰਗ 'ਚੋਂ ਆ ਕੇ ਪਾਰਕਿੰਗ 'ਚ ਮੁੜ ਜਾਂਦੇ ਹਾਂ। ਪਹਿਲੀ ਵਾਰੀ ਟੈਂਪੂ ਟਰੈਵਲ ਕਿਸੇ ਨੂੰ ਲੈਣ ਆਏ ਹਾਂ। ਅੱਗੇ ਇੱਕ ਵਾਰੀ ਜਦੋਂ ਅਸੀਂ ਇੰਗਲੈਂਡ ਗਏ ਸੀਗੇ ਸਾਰੇ ਜਾਣੇ, ਉਦੋਂ ਹੀ ਟੈਂਪੂ ਟਰੈਵਲ ਜ਼ਰੂਰ ਗਏ ਸੀ। ਹੁਣ ਤੁਸੀਂ ਕਹਿਣਾ ਹਰ ਵਾਰੀ 2 ਵਾਰੀ ਇੰਗਲੈਂਡ ਕੀ ਕਹਿੰਦਾ ਦੱਸਦੇ ਆਂਡੀ, ਹਰ ਵਾਰੀ ਫੁਕਰੀ ਮਾਰਦੇ ਪਏ, ਫਿਰ ਕੀ ਕਰੀਏ, ਮੁੜ ਕੇ ਗਏ ਨਹੀਂ ਕਦੇ ਜਿਹੜੀ ਜਗ੍ਹਾ ਗਏ ਹੋਏ ਵਧੀਆ ਉਹ ਦੱਸਣੀ ਤੇ ਪੜਦੀ। ਇੱਥੇ ਗੇਟ ਨੰਬਰ 6 ਆ ਅਤੇ ਇੱਥੇ KFC ਆ ਅਤੇ ਇੱਥੋਂ ਉੱਧਰ ਨੂੰ ਜਾ ਕੇ ਜਿੱਥੇ ਆਪਣੀਆਂ ਕਿਹੜੀਆਂ ਬੱਸਾਂ ਹੁੰਦੀਆਂ, ਇੰਡੋ ਕੈਨੇਡੀਅਨ ਪਾਰਕ ਹੁੰਦੀ ਆ ਨਾ, ਉੱਥੇ ਟੈਂਪੂ ਟਰੈਵਲ ਨੇ ਪਾਰਕ ਹੋਣਾ ਮੈਂ ਇੱਥੋਂ ਹੈਗਾ ਵਾ, ਮਤਲਬ 300 ਮੀਟਰ ਲਾ ਲਓ ਹੈ ਨਾ, 2 ਮਿੰਟ ਵੀ ਨਹੀਂ ਲੱਗਦੇ। ਹਾਂ, 2-4 ਮਿੰਟ ਲੱਗਦੇ ਆ। ਅੱਜ ਯੂਟਿਊਬ ਕਰੀਅਰ 'ਚ ਪਹਿਲੀ ਵਾਰੀ ਇੱਦਾਂ ਹੋ ਰਿਹਾ ਕਿ ਮੈਂ ਦਿੱਲੀ ਏਅਰਪੋਰਟ 'ਤੇ ਕਿਸੇ ਨੂੰ ਲੈਣ ਆਇਆ, ਛੱਡਣ ਨਹੀਂ ਆਇਆ। ਸਹੀ ਗੱਲ, ਅੱਜ ਤਾਂ ਥੋੜ੍ਹਾ ਜਿਹਾ ਐਕਸਪੀਰੀਅੰਸ ਅਲੱਗ ਹੀ ਆ। ਨਹੀਂ, ਅੱਗੇ ਹਮੇਸ਼ਾ ਸਾਰੇ ਇੱਥੋਂ ਚਾੜੀ ਆ, ਜਦ ਯੂਟਿਊਬ 'ਤੇ ਆਏ ਹਾਂ ਕਿਸੇ ਨੂੰ ਲੈਣ ਨਹੀਂ ਆਏ ਹੈਗੇ। ਅਤੇ ਵੈਸੇ ਊਂ ਤਾਂ ਅੱਜ ਨਾ ਆਪਣਾ ਹਰਮਨ ਪਹਿਲੀ ਵਾਰੀ ਯੂਟਿਊਬ ਵੀਡੀਓ 'ਚ ਆ ਰਿਹਾ ਵਾ, ਬਟ ਮੈਂ ਉਹਨੂੰ ਕਿੰਨੀ ਵਾਰੀ ਮੈਂ ਇਹਦਾ ਗੱਲਾਂ ਕੀਤੀਆਂ ਨੇ ਨਾ, ਕਿੰਨੀ ਵਾਰੀ ਹਰਮਨ ਬਾਰੇ ਦੱਸਿਆ, ਮਤਲਬ ਤੁਹਾਨੂੰ ਉੱਪਰਾ ਲੱਗਣਾ ਨਹੀਂ ਹੈਗਾ। ਉਹ ਮੈਂ ਤੁਹਾਨੂੰ ਬਹੁਤ ਕਿੱਸੇ ਸੁਣਾਇਆ, ਮੈਂ ਉਹਦੇ ਨਿੱਕੇ ਮੋਟੇ ਕ੍ਰਿਕਟ ਵਾਲੇ ਜੇ ਉਹ ਬਲਾ ਬਲਾ ਬਲਾ, ਅਤੇ ਬਾਕੀ ਸਭ ਬੜੀ ਆ ਬਾਈ। ਆ ਬਸ ਕੀ ਆਉਣਾ, ਸਬਰ ਜਿਹਾ ਨਹੀਂ ਹੁੰਦਾ ਵੀ ਛੇਤੀ ਆ ਜਾਣ, ਅਤੇ ਅਸੀਂ ਤਾਂ ਨਾ ਮਾਸਕ ਵੀ 2-2 ਲਾ ਲਏ, ਅਸੀਂ ਜੇਬ 'ਚ ਸੈਨੀਟਾਈਜ਼ਰ ਵੀ ਪਾ ਕੇ ਰੱਖਿਆ ਵਾ। ਹੁਣ 3:55 'ਤੇ ਉਹਨਾਂ ਨੇ ਲੈਂਡ ਹੋਣਾ ਵਾ। ਸੋ 55 ਮਿੰਟ ਇਹ ਹੋ ਗਏ ਅਤੇ 1 ਘੰਟਾ ਹੋਰ, ਮਤਲਬ 2 ਘੰਟੇ ਤੱਕ ਉਹ ਬਾਹਰ ਆਉਣਗੇ। ਅਤੇ ਹੁਣ ਤੁਹਾਨੂੰ ਆਪਾਂ ਉਦੋਂ ਕੀ ਮਿਲਦੇ ਹਾਂ ਜਦੋਂ ਕੋ ਆਉਂਦੇ ਆ, ਠੀਕ ਆ। ਜਹਾਜ਼ ਲੈਂਡ ਕਰ ਗਿਆ, ਹੁਣ ਨਾ 1-1 ਮਿੰਟ ਬਹੁਤ ਔਖਾ ਨਿਕਲਦਾ ਵਾ। ਹੁਣ ਐ ਹੀ ਆ, ਬਸ ਧਿਆਨ ਗੇਟਾਂ ਤੇ ਹੀ ਆ ਵੀ ਕਿਹੜੇ ਗੇਟ ਤੋਂ ਨਿਕਲਦੇ ਆ। ਇੱਕ ਵਾਰੀ WhatsApp ਤੇ ਗੱਲ ਹੋ ਗਈ, ਉਹ ਆਉਂਦੇ ਆ ਬਸ, ਹੁਣ ਕਿਸੇ ਵਕਤ ਵੀ ਆ ਸਕਦੇ ਆ। ਮੈਂ ਕਹਿੰਦਾ ਕੈਮਰਾ ਆਨ ਹੀ ਨਾ ਰੱਖ ਲਈ, ਨਾ ਫਿਰ ਬੜਾ ਗੰਦਾ ਹੋ ਜਾਊਗਾ, ਹੋਰ ਕਾਲੀ ਕਾਲੀ ਚ ਆਨ ਹੀ ਨਾ ਹੋਵੇ। ਜਿਹੜਾ ਅੱਜ ਆਪਣੇ ਜਹਾਜ਼ ਦਾ ਪਾਇਲਟ ਸੀਗਾ, ਉਹਨੇ ਯਾਰ ਜਹਾਜ਼ ਇੱਕ ਥਾਂ ਤੇ ਪਾਰਕ ਕਰਤਾ, ਉੱਤਰ ਨਹੀਂ ਦਿੰਦੇ ਯਾਰ। ਉਹ ਡਰਾਈਵਰ ਹੀ ਰੋਂਗ ਸਾਈਡ ਲੈ ਕੇ ਆ, ਕਿੰਨਾ
ਸਤਿ ਸ਼੍ਰੀ ਅਕਾਲ ਭੈਣੇ। ਹੈਲੋ, ਕੀ ਹਾਲ ਆ? ਅਰਜੁਨ ਚਾਚੂ ਮਾਸਕ ਲੱਗਿਆ ਚੱਲ ਅਰਜੁਨ ਚਾਚਾ ਚਾਚੀ ਹੱਗ ਤਾਂ ਕਰਦੇ ਇੱਕ ਹੱਗ ਤਾਂ ਕਰਦੇ ਇੱਕ टी शर्ट 15 साल पुरानी पा के आया यार है पिछे उधर घूमी ए पिछे नाम लिखा हो जी एक मेरे को ਪਿੰਦਰ ਵਾਲੀ ਅਮਨੇ ਹਨਾ ਲੈ ਗਈ ਸੀ ਮੇਰੇ ਤਾਂ ਮੈਂ ਮੇਰੇ ਵਾਲੀ ਆਉਂਦੀ ਨਹੀਂ ਹੈਗੀ ਤੂੰ ਵਾਲੇ ਹੋ ਜਾਈ ਪਿਆ ਚਲੋ ਹੁਣ ਆਪਾਂ ਪਹਿਲਾਂ ਆਪਸ ਵਿੱਚ ਗੱਲਾਂ ਮਾਰ ਲਈਏ ਉਦੋਂ ਬਾਅਦ ਚ ਰਾਜ ਦੇ ਢਾਬੇ ਤੇ ਕੰਟੀਨਿਊ ਕਰੂੰਗਾ ਚਾਚੀ ਨਾਲ ਤਾਂ ਵੀ ਮੁੰਡੇ ਨੇ ਅੜੀ ਪਾ ਲਈ ਚਾਚੇ ਨਾਲ ਨਹੀਂ ਪਈ ਹਲੇ ਹੈ ਬਈ ਕੀ ਗੱਲ ਹੈ ਇਹ ਚਾਚੇ ਕੋਈ ਨਹੀਂ ਹੈ टाइम 8 बज गए असि हले दिल्ली तो बाहर ही निकले हैं सानू बाहर निकलते निकलते मैं लगता 1.5 घंटा लग गया साढ़े अर्जुन ने आके एक आइसक्रीम खा ली एक अर्जुन ने एक पवन नाल प्रैंक कर भी दिता पहले उन्हें कहता बैग फाड़ ला जो बैग फड़ाता आई एम जोकिंग कहता आई एम जोकिंग चलो हम आप रोटी राटी खा के ना तो घर ही मिलेंगे या कल सवेरे मिलेंगे या रात को पता नहीं मैंने हूँ जो टाइम ना पहुँच गए डैडी उन्होंने मिलने जोड़ी तो बुलावे वह भी आप वेट करते तेल चोना क्या कर टाइम बहुत लग गया अर्जुन तो उल्लू क्या खड़ा होते आ गया आ गया क्या तेल तो एक मिनट अर्जुन सासीकाल वेलकम होम कौन है अर्जुन दादू कितने पारी होनी है लेकिन आदि दादी आ गई मम्मी सासीका ਦੋਨੇ ਪਸੰਦ ਕਰਦੇ ਹਨ ਸਾ ਗੰਨ ਕੋਲ ਚੱਲਿਆ ਆਪਣੀ ਕੋਲ ਪਹਿਲਾਂ ਹੀ ਉਹ ਦਿੰਦੇ ਆ ਤੈਨੂੰ ਗੰਨਾ ਖੜ ਜਾ अर्जुन नु नींद नहीं आती अर्जुन नु घर अर्जुन नु घर नाइस लगे बहुत नाइस लगे चाचू बहुत ले मैं ला दो शू ले आओ साथ में
ਮੈਨੂੰ ਲੱਗਦਾ ਤੇਰੇ ਕਰਕੇ ਅਸੀਂ ਅੰਗਰੇਜ਼ੀ ਸਿੱਖ ਲੈਣੀ ਆ। ਵਧੀਆ ਪੂਰਾ ਕੁਝ ਸਿੱਖਾਂਗੇ ਜਵਾਕ ਤੋਂ ਹੈ ਨਾ ਵੀ ਅੱਜ ਕਿਵੇਂ ਸਿਖਾ ਕੇ ਵੀ ਜਾਊਂਗਾ।